ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਮੁਲਾਜ਼ਮਾਂ ਦੇ ਪੈਨਸ਼ਨਸ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਸੰਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ, ਸੋ ਇਸ ਲੈਟਰ ਨੂੰ ਪ੍ਰੋਪਰਲੀ ਡਿਸਕਸ ਕਰਦੇ ਹਾਂ। ਸੋ ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜੀ ਰਿਕੁਐਸਟ ਕਰਦੇ ਹਾਂ, ਜਿਨ੍ਹਾਂ ਨੇ ਇਸ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਰੈੱਡ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਤਾਜ਼ਾ ਖਬਰਾਂ ਇਸ ਚੈਨਲ ਤੋਂ ਸੁਣ ਸਕੋ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਅਹਿਮ ਖਬਰ। ਹਾਂਜੀ, ਇਹ ਲੈਟਰ ਦਾ ਜੋ ਵਿਸ਼ਾ ਹੈ CRA 293, 294, 295, 296 -19 ਰਾਹੀਂ ਭਰਤੀ ਕੀਤੇ ਉਮੀਦਵਾਰਾਂ ਨੂੰ ਪੇ ਸਕੇਲ ਦੇਣ ਹਿੱਤ ਕਲੈਰੀਫਿਕੇਸ਼ਨ ਜਾਰੀ ਕਰਨ ਸੰਬੰਧੀ ਉਪਰੋਕਤ ਵਿਸ਼ੇ ਦੇ ਸੰਬੰਧ ਵਿੱਚ ਲਿਖਿਆ ਜਾਂਦਾ ਹੈ ਕਿ PSPL ਦੇ ਫੀਲਡ ਦਫ਼ਤਰਾਂ ਵੱਲੋਂ ਇਸ ਦਫ਼ਤਰ 'ਤੇ ਤੋਂ ਸੋਧ ਮੰਗੀ ਗਈ ਹੈ। ਉਕਤ ਦਰਸਾਈਆਂ CR ਅਧੀਨ ਭਰਤੀਆਂ ਹੋਏ ਜਿਨ੍ਹਾਂ ਉਮੀਦਵਾਰਾਂ ਦੀ ਭਰਤੀ ਪ੍ਰਕਿਰਿਆ 17/7/2020 ਤੋਂ ਪਹਿਲਾਂ ਸ਼ੁਰੂ ਹੋ ਚੁੱਕੀ ਸੀ, ਪ੍ਰੰਤੂ ਨਿਯੁਕਤੀ ਪੱਤਰ ਬਾਅਦ ਵਿੱਚ ਦਿੱਤੇ ਗਏ, ਉਹਨਾਂ ਨੂੰ ਕਿਹੜਾ ਸਕੇਲ ਦਿੱਤਾ ਸਕੇਲ ਦੇਣਾ ਬਣਦਾ ਹੈ, ਪਰ ਪਰਕਾਲ ਸਮੇਂ ਦੌਰਾਨ ਘੱਟੋ ਘੱਟ ਕੀ ਤਨਖਾਹ ਦੇਣੀ ਬਣਦੀ ਹੈ। ਇਸ ਕੇਸ ਵਿੱਚ ਅਸਮਰਥ ਅਧਿਕਾਰੀ ਦੀ ਪ੍ਰਵਾਨਗੀ ਉਪਰੰਤ ਨਿਯਮਾਂ ਅਨੁਸਾਰ ਕਲੈਰੀਫਿਕੇਸ਼ਨ ਜਾਰੀ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਤੋਂ ਉਕਤ ਕਲੈਰੀਫਿਕੇਸ਼ਨ ਲੈਣ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਕਲੈਰੀਫਿਕੇਸ਼ਨ ਆਉਣ ਤੱਕ CRA 293, 294, 295, 296 -19 ਅਧੀਨ ਨਵੇਂ ਭਰਤੀ ਹੋਏ ਕਰਮਚਾਰੀਆਂ ਅਧਿਕਾਰੀਆਂ ਭਾਵੇਂ ਇਸ CR ਅਧੀਨ ਨਿਯੁਕਤ ਉਮੀਦਵਾਰਾਂ ਨੇ 17/7/2020 ਤੋਂ ਬਾਅਦ ਜੁਆਇਨ ਕੀਤਾ ਹੋਵੇ ਨੂੰ ਕੇਂਦਰ ਸਰਕਾਰ ਨੇ 7ਵੇਂ CP ਅਨੁਸਾਰ ਮਿਨੀਮਮ ਐਡਮਿਸਟੇਬਲ ਪੇ ਦੀ ਬਜਾਏ CR ਦੀਆਂ ਸ਼ਰਤਾਂ ਅਨੁਸਾਰ ਮਿਨੀਮਮ ਆਫ ਦਾ ਪੇ ਬੈਂਡ DC ਰੇਟ ਵੀ ਦਿੱਤਾ ਜਾਵੇ। ਇਹ ਅਸਮਰਥ ਅਧਿਕਾਰੀ ਜੀ ਦੀ ਪ੍ਰਵਾਨਗੀ ਨਾਲ ਜਾਰੀ ਕੀਤਾ ਜਾਂਦਾ ਹੈ। ਸੋ ਇਹ ਲੈਟਰ ਸੀ CR ਦੇ ਨਾਲ ਸੰਬੰਧਿਤ ਜੋ ਭਰਤੀ ਕੀਤੇ ਗਏ ਉਮੀਦਵਾਰ ਉਹਨਾਂ ਦੇ ਪੇ ਸਕੇਲ ਹਿੱਤ ਜੋ ਕਲੈਰੀਫਿਕੇਸ਼ਨ ਦੇ ਲਈ ਇਹ ਜਿਹੜਾ ਲੈਟਰ ਜਾਰੀ ਹੋਇਆ, ਜਿਨ੍ਹਾਂ ਦੀ ਭਰਤੀ 17/7/2020 ਤੋਂ ਬਾਅਦ ਹੋਈ ਹੈ। ਸੋ ਉਹਨਾਂ ਦੀਆਂ ਤਨਖਾਹਾਂ ਅਤੇ ਉਹਨਾਂ ਦੇ ਮੰਗਾਂ ਨੂੰ ਲੈ ਕੇ ਅਤੇ ਉਹਨਾਂ ਦੀਆਂ ਸਕੇਲਾਂ ਨੂੰ ਲੈ ਕੇ ਇਸ ਵਿੱਚ ਜ਼ਿਕਰ ਕੀਤਾ ਗਿਆ। ਸੋ ਇਸੇ ਤਰ੍ਹਾਂ ਹਰ ਤਰ੍ਹਾਂ ਦਾ ਨੋਟੀਫਿਕੇਸ਼ਨ ਜਾਣਨ ਲਈ ਜੁੜੇ ਰਹੋ ਜੀਨੀਅਸ ਸਟੱਡੀ ਹੱਬ ਚੈਨਲ ਦੇ ਨਾਲ, ਅਤੇ ਰੈੱਡ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਰੋਜ਼ਾਨਾ ਦੀਆਂ ਤਾਜ਼ਾ ਅਤੇ ਅਹਿਮ ਖਬਰਾਂ ਇਸ ਚੈਨਲ ਤੋਂ ਸੁਣ ਸਕੋ। ਧੰਨਵਾਦ ਜੀ।